कि तुसी गुमराह कर रहे हो लोकां नूं, मरिया होया नूं जिउंदे कर रहे हो। कैमरा साढ़े आ गए, एक बंदा है ते एक बुढ़ी है, ये दो जने ला के गए। जे साडे कदे ए धक्के चढ़ गए, इड़के चढ़ गए, इहो जे पोस्टर लाउंदे प्रचार करदे साडे पिंड च वड़ गए, तां असीं बख्शांगे नहीं, असीं लत्तां फड़ांगे। ਸਤਿ ਅਕਾਲ ਜੀ। ਰਾਤ ਮੇਰੇ ਪਿੰਡ ਦੇ ਵਿੱਚ ਕੋਈ ਇਸ਼ਤਿਹਾਰ ਲਾਏ ਗਏ ਨੇ, ਪਹਿਲਾਂ ਇਸ਼ਤਿਹਾਰਾਂ ਬਾਰੇ ਗੱਲ ਕਰ ਲਈ ਆਪਾਂ, ਨੇੜੇ ਕਰਕੇ ਦਿਖਾ ਦੇ। ਇਹ ਇਸ਼ਤਿਹਾਰ ਲਾਏ ਗਏ ਨੇ ਰਾਤ, ਕੱਲ ਰਾਤ ਤੇ ਪਰਸੋਂ ਰਾਤ, ਇਹ ਦੋ ਦਿਨ ਹੋ ਗਏ ਇਹ ਇਸ਼ਤਿਹਾਰ ਲੱਗ ਰਹੇ ਨੇ। ਤਾਂ ਇਹ ਜਿਹੜੇ ਇਸ਼ਤਿਹਾਰ ਨੇ, ਇਸ਼ਤਿਹਾਰ ਲੱਗ ਰਹੇ ਨੇ ਜਿਹੜੀਆਂ ਆਪਾਂ ਲਗਾਤਾਰ, ਆਪਾਂ ਨੂੰ ਪਤਾ ਲੱਗਦਾ ਵੀ ਕਿਹੜੀਆਂ ਕੂੜ ਪ੍ਰਚਾਰ ਜਿਹੜਾ ਹੋ ਰਿਹਾ, ਜਿਹੜੀਆਂ ਗੱਪ ਕਹਾਣੀਆਂ ਬਣਾ ਬਣਾ ਲੋਕਾਂ ਨੂੰ ਗੁੰਮਰਾਹ ਕਰਕੇ ਮਗਰ ਲਾਇਆ ਜਾ ਰਿਹਾ, ਇਹ ਕੋਈ ਅੰਕਰ ਨਰੂਲਾ, ਕੋਈ ਅੰਕਰ ਯੂਸਫ ਨਰੂਲਾ ਜਿਹੜਾ ਕਿ ਇਹਨਾਂ ਦਾ ਕੋਈ ਦਿਹਾੜਾ ਹੈਗਾ ਉਹ ਮਨਾ ਰਹੇ ਨੇ, ਤੇ ਇਹਨਾਂ ਨੇ ਪਿੰਡਾਂ 'ਚ ਪੋਸਟਰ ਲਾਏ ਨੇ। ਸਾਡੇ ਪਿੰਡ ਸਾਨੂੰ ਰਾਤ ਹੀ ਪਤਾ, ਸਵੇਰੇ ਪਤਾ ਲੱਗਿਆ, ਤੜਕੇ ਪਤਾ ਲੱਗਿਆ ਕਿ ਪੋਸਟਰ ਲੱਗੇ ਹੋਏ ਨੇ। ਤਾਂ ਇਸ ਕਰਕੇ ਸਾਰਾ ਪਿੰਡ ਜਿਹੜਾ ਉਹ ਇੱਥੇ ਇਕੱਤਰ ਹੋਏ ਆ, ਖਾਸ ਕਰਕੇ ਇਹ ਜਿਹੜਾ ਕਿੱਥੇ ਲੋਕਾਂ ਨੂੰ ਗੁੰਮਰਾਹ ਕਰਦਾ, ਜਿੱਥੇ ਲੋਕ ਮਜ਼ਦੂਰ, ਜਿੱਥੇ ਗਰੀਬ ਵਰਗ ਆ, ਜਿੱਥੇ ਅਨਪੜ੍ਹ ਵਰਗ ਆ, ਜਿੱਥੇ ਮਜ਼ਦੂਰ ਵਰਗ ਆ, ਉੱਥੇ ਲੋਕ ਜ਼ਿਆਦਾ ਹਮਲਾ। ਹੁਣ ਇਹ ਪੋਸਟਰ ਜਿਹੜੇ ਇਸ਼ਤਿਹਾਰ ਨੇ ਉਸ ਏਰੀਏ 'ਚ ਜ਼ਿਆਦਾ ਲਾਏ ਗਏ ਨੇ, ਲੋਕਾਂ ਨੂੰ ਗੁੰਮਰਾਹ ਕਰਕੇ ਮਗਰ ਲਾਇਆ ਜਾਵੇ। ਇੱਥੇ ਬਜ਼ੁਰਗ ਖੜੇ ਆ, ਨੌਜਵਾਨ ਖੜੇ ਆ ਸਾਰੇ। ਹੁਣ ਤੁਸੀਂ ਗੱਲ ਇਹ ਦੇਖੋ ਕਿ ਇਹਦੇ 'ਚ ਕਹਾਣੀ ਕੀ ਆ। ਕਹਾਣੀ ਇਹਦੇ 'ਚ ਦੋ ਕਹਾਣੀਆਂ ਇਹਨਾਂ ਨੇ ਲਿਖੀਆਂ ਨੇ। ਪਹਿਲੀ ਕਹਾਣੀ ਤਾਂ ਇਹ ਹੈ ਕਿ ਇੱਕ ਕੋਈ ਔਰਤ ਬੋਲ ਰਹੀ ਹੈ ਕਿ ਭਾਈ ਮੈਂ 40 ਸਾਲ ਤੋਂ ਸਾਡੇ ਘਰੇ ਮੌਤ ਦਾ ਤਾਂਡਵ ਸੀਗਾ, ਮੇਰਾ ਬੱਚਾ ਥੱਲੇ ਡਿੱਗ ਪਿਆ, ਕੋਈ ਕਾਲੇ ਰੰਗ ਦਾ ਸਾਇਆ ਦਿਖਿਆ, ਪਰਛਾਵਾਂ ਦਿਖਿਆ, ਅਤੇ ਉਦੋਂ ਬਾਅਦ ਅਸੀਂ ਡਰ ਗਏ, ਡਰਨ ਤੋਂ ਬਾਅਦ ਸਾਡਾ ਜਵਾਬ ਬਿਮਾਰ ਹੋ ਗਿਆ, ਬਿਮਾਰ ਤੋਂ ਬਾਅਦ ਅਸੀਂ ਹਸਪਤਾਲ ਲੈ ਗਏ, ਹਸਪਤਾਲ ਜਾ ਕੇ ਜਵਾਕ ਸਾਡਾ, ਡਾਕਟਰਾਂ ਨੇ ਉਹਦੀ ਮੌਤ ਦਾ ਐਲਾਨ ਕਰਤਾ ਵੀ ਇਹ ਮਰ ਗਿਆ, ਮਰਿਆ ਐਲਾਨ ਕਰਤਾ। ਉਦੋਂ ਬਾਅਦ ਇਹ ਕਹਿੰਦੇ ਜੀ ਉਦੋਂ ਬਾਅਦ ਅਸੀਂ ਇਹ ਆਪਣਾ ਚਰਚ ਚਲੇ ਗਏ, ਚਰਚ ਦੇ ਵਿੱਚ ਜਾ ਕੇ ਸਾਨੂੰ ਤੇਲ ਮਲਿਆ ਇਹਦੇ ਉੱਤੇ, ਉਹਨਾਂ ਨੇ ਤੇਲ ਮਲ ਕੇ ਸਾਨੂੰ ਇੱਕ ਈਮੇਲ ਦਿੱਤੀ, ਇਹ ਇਸ ਈਮੇਲ ਦੇ ਉੱਤੇ ਅਸੀਂ ਸਾਡੀ ਮੇਲ ਭੇਜੀ, ਅਤੇ ਉਦੋਂ ਬਾਅਦ ਸਾਡਾ ਜਿਹੜਾ ਇਹ 17/3/22 ਨੂੰ ਕਹਿੰਦੇ ਅੰਕਲ ਯੂਸਫ ਨਰੂਲਾ ਨੇ ਪ੍ਰਾਰਥਨਾ ਕੀਤੀ, ਉਸ ਵੇਲੇ ਪਰਮੇਸ਼ੁਰ ਦੇ ਆਤਮਾ ਨੇ ਸਾਡੇ ਜਵਾਕ ਨੂੰ ਆ ਕੇ ਛੂਹਿਆ ਅਤੇ ਸਾਡਾ ਜਵਾਕ ਪੂਰੀ ਤਰ੍ਹਾਂ ਠੀਕ ਹੋ ਗਿਆ। ਸੋ ਇੱਕ ਕਹਾਣੀ ਕਿ ਇੱਕ ਮਰਿਆ ਹੋਇਆ ਜਵਾਕ ਜਿਹਨੂੰ ਡਾਕਟਰਾਂ ਨੇ ਮਰਿਆ ਲਾਂਤਾ ਸੀਗਾ ਅਤੇ ਉਹ ਠੀਕ ਹੋ ਗਿਆ, ਉਹ ਜਿਉਂਦਾ ਹੋ ਗਿਆ। ਦੂਜੀ ਕਹਾਣੀ ਹੈ ਜੀ, ਇਹ ਬੰਦੇ ਦੀ ਹੈ, ਕੋਈ ਇਹ ਜਲੰਧਰ ਦਾ ਰਹਿਣ ਵਾਲਾ, ਇਹਨਾਂ ਨੇ ਲਿਖਿਆ। ਇਹ ਕਹਿੰਦਾ ਵੀ ਮੈਂ ਮੋਟੀ ਮੋਟੀ ਤੁਹਾਨੂੰ ਦੱਸ ਦਿੰਦਾ, ਇਹ ਕਹਿੰਦਾ ਵੀ ਮੈਂ ਮੇਰੇ ਮਾਸ ਦਾ ਰੋਜ਼ ਮੇਰਾ ਮਾਸ ਸਰੀਰ ਦੇ ਵਿੱਚੋਂ ਜਿਹੜਾ 15 ਦਿਨਾਂ ਤੋਂ ਲੈ ਕੇ ਜਿਹੜਾ ਮੈਂ ਮੇਰੇ ਲਗਾਤਾਰ ਮਾਸ ਸਰੀਰ ਦੇ ਵਿੱਚੋਂ ਨਿਕਲ ਰਿਹਾ ਸੀਗਾ, ਅਤੇ ਆਹ ਮਾਸ ਵੀ ਦਿਖਾਇਆ ਥੱਲੇ ਚੜਿਆ ਹੋਇਆ, ਤਾਂ ਹਾਂ ਬੰਦੇ ਦੀ ਫੋਟੋ ਦਿਖਾਈ ਹੈ। ਅਤੇ ਉਦੋਂ ਬਾਅਦ ਇਹ ਵੀ ਉਹੀ ਕਹਾਣੀ ਦੱਸ ਰਿਹਾ ਕਿ ਮੈਂ ਉੱਥੇ ਗਿਆ ਅਤੇ ਮੇਰੇ ਤੇਲ ਦੀ ਮਾਲਸ਼ ਕੀਤੀ ਅਤੇ ਪ੍ਰਾਰਥਨਾ ਕੀਤੀ ਅਤੇ ਮੈਂ ਸਾਰਾ ਨੰਬਰ ਨੌ ਹੋ ਗਿਆ। ਜਿਉਂਦੇ ਹੋਇਆਂ ਨੂੰ ਵੀ ਠੀਕ ਕਰ ਰਹੇ ਨੇ, ਮਰਿਆ ਹੋਇਆਂ ਨੂੰ ਵੀ ਠੀਕ ਕਰ ਰਹੇ ਨੇ, ਜਿਉਂਦੇ ਕਰ ਰਹੇ ਨੇ, ਅਤੇ ਜਿਹੜੇ ਬੰਦੇ ਕੋਈ ਇਲਾਜ ਬਿਮਾਰ ਨੇ ਉਹਨਾਂ ਨੂੰ ਵੀ ਇਹ ਠੀਕ ਕਰ ਰਹੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ, ਸਵਾਲ ਪੈਦਾ ਹੁੰਦਾ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ, ਇਹ ਪਹਿਲਾਂ ਹੀ ਬਹੁਤ ਵਾਰੀ ਇਹ ਮੁੱਦਾ ਉੱਠਿਆ ਕਿ ਤੁਸੀਂ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ, ਮਰਿਆ ਹੋਇਆਂ ਨੂੰ ਜਿਉਂਦੇ ਕਰ ਰਹੇ ਹੋ, ਤੇ ਜਿਹੜਿਆਂ ਨੂੰ ਡਾਕਟਰ ਇਹ ਐਲਾਨ ਚੁੱਕਿਆ ਵੀ ਇਹ ਬੰਦਾ 10 ਦਿਨਾਂ ਜਾਂ 15 ਦਿਨਾਂ 'ਚ ਮਰ ਜੂਗਾ, ਉਹਨੂੰ ਤੁਸੀਂ ਠੀਕ ਕਰ ਰਹੇ ਹੋ, ਫਿਰ CMC ਤੁਹਾਡੇ ਹਸਪਤਾਲ ਨੇ ਉਹ ਬੰਦ ਕਰ ਦਿਓ, ਦੁਨੀਆ ਭਰ 'ਚ ਹਸਪਤਾਲ ਉਹਨਾਂ ਨੂੰ ਬੰਦ ਕਰ ਦਿਓ। ਜੇ ਤੁਸੀਂ ਮਰਿਆ ਹੋਇਆਂ ਨੂੰ ਜਿਉਂਦਾ ਕਰਨਾ, ਫਿਰ ਜਿਹੜੇ ਮਰ ਰਹੇ ਇਨਸਾਨ ਨੇ ਇੱਥੇ ਉਹਨਾਂ ਨੂੰ ਵੀ ਜਿਉਂਦੇ ਕਰੋ, ਲੋੜ ਹੀ ਨਹੀਂ ਪੈਣੀ ਫਿਰ ਤਾਂ, ਮੌਤ ਆਉਣੀ ਨਹੀਂ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ। ਜੇ ਇਹ ਕੁਦਰਤ ਦੀ ਪ੍ਰਕਿਰਿਆ, ਇਹ ਕੁਦਰਤ ਦਾ ਇੱਕ ਨਿਜ਼ਾਮ ਹੈ, ਇੱਕ ਨਿਜ਼ਮ ਹੈ ਕਿ ਜਿਹੜੀ ਚੀਜ਼ ਇੱਥੇ ਪੈਦਾ ਹੋਈ ਹੈ ਉਹਨੇ ਇੱਕ ਦਿਨ ਖਤਮ ਹੋਣਾ, ਉਹ ਚਾਹੇ ਸੂਰਜ ਵੀ ਕਿਉਂ ਨਹੀਂ, ਕਿਉਂਕਿ ਸੂਰਜ ਵੀ ਹੁਣ ਦੱਸਿਆ ਜਾ ਰਿਹਾ ਕਿ ਸੂਰਜ ਦੀ ਉਮਰ ਵੀ ਦਿਨੋ ਦਿਨ ਜਿਹੜੀ ਘਟਦੀ ਚਲੀ ਜਾ ਰਹੀ। ਤੇ ਇਸ ਕਰਕੇ ਇਹ ਜਿਹੜਾ ਸਾਡਾ ਪ੍ਰਚਾਰ ਕਰ ਰਿਹਾ ਸੀ ਸਾਰਾ ਸਾਡਾ ਨਗਰ ਖੜਾ, ਸਪਸ਼ਟ ਲਫ਼ਜ਼ਾਂ ਦੇ ਵਿੱਚ ਅਸੀਂ ਇਹ ਚੇਤਾਵਨੀ ਦਿੰਦੇ ਹਾਂ। ਰਾਤ ਨੂੰ ਕੈਮਰਿਆਂ ਸਾਡੇ ਆ ਗਏ, ਇੱਕ ਬੰਦਾ ਹੈ ਅਤੇ ਇੱਕ ਬੁੜੀ ਹੈ, ਇਹ ਦੋ ਜਣੇ ਲਾ ਕੇ ਗਏ ਆ। ਜੇ ਸਾਡੇ ਕਦੇ ਇਹ ਧੱਕੇ ਚੜ੍ਹ ਗਏ, ਇੜਕੇ ਚੜ੍ਹ ਗਏ, ਇਹੋ ਜਿਹੇ ਪੋਸਟਰ ਲਾਉਂਦੇ ਪ੍ਰਚਾਰ ਕਰਦੇ ਸਾਡੇ ਪਿੰਡ 'ਚ ਵੜ ਗਏ, ਤਾਂ ਅਸੀਂ ਬਖਸ਼ਾਂਗੇ ਨਹੀਂ, ਅਸੀਂ ਲੱਤਾਂ ਫੱਡਾਂਗੇ। ਫਿਰ ਲੱਤਾਂ ਵੱਢ ਦਿਆਂਗੇ, ਫਿਰ ਦੇਖਾਂਗੇ ਤੁਹਾਡਾ ਕਿਹੜਾ ਇਹ ਅੰਕਲ ਨਰੂਲਾ ਜਾਂ ਕਿਹੜਾ ਬੰਦਾ ਤੁਹਾਡਾ ਹੱਥ ਲਾ ਕੇ ਤੁਹਾਡੀ ਲੱਤ ਨੂੰ ਕੀ ਆ ਮੁੜ ਕੇ
ਜੋੜੀ ਦੇ ਦੇ ਇਹ ਵੀ ਦੇਖ ਲਾਂਗੇ ਫਿਰ ਸੋ ਇਸ ਤੁਹਾਨੂੰ ਤਾਬ ਨਹੀਂ ਹੈ ਕਿ ਸਾਡੇ ਪਿੰਡ ਕੋਈ ਪ੍ਰਚਾਰ ਕਰਦਾ ਮਿਲ ਗਿਆ ਜਾਂ ਹਜਾ ਇਸ਼ਤਿਹਾਰ ਲਾਉਂਦਾ ਮਿਲ ਗਿਆ ਕਿ ਦਿਨੇ ਰਾਤ ਨੂੰ ਸਾਰਾ ਪਿੰਡ ਸਾਡਾ ਚਕੰਨਾ ਹੋ ਗਿਆ ਇਸ ਗੱਲ ਤੋਂ ਬਾਅਦ ਤੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਚਕੰਨੇ ਹੋ ਜਾਓ ਯਾਰ ਰਾਤ ਨੂੰ ਨਿਗਾਹ ਰੱਖਿਆ ਕਰੋ ਪਤਾ ਨਹੀਂ ਕਿਹੜੇ ਵੇਲੇ ਦਿਨੇ ਵੀ ਰਾਤ ਨੂੰ ਵੀ ਖਾਸ ਕਰਕੇ ਇਹੋ ਜਿਹੀਆਂ ਮਾਈਆਂ ਘਰ ਕੋਲੇ ਆਉਂਦੇ ਜਿੱਥੇ ਜ਼ਿਆਦਾ ਅਨਪੜ੍ਹਤਾ ਹੈ ਜਾਂ ਗਰੀਬੀ ਹੈ ਜਿਹਨੂੰ ਪਤਾ ਹੀ ਨਹੀਂ ਉੱਥੇ ਲਾਲਚ ਵੀ ਦਿੰਦੇ ਆ ਕਿਸੇ ਨੂੰ ਘਰ ਪਾਉਣ ਦਾ ਲਾਲਚ ਦੇਤਾ ਕਿਸੇ ਦੀ ਫੀਸ ਭਰਤੀ ਜਵਾਕ ਦੀ ਇਹਦਾ ਲਾਲਚ ਕਰਾਉਣ ਦਾ ਲਾਲਚ ਦੇਤਾ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਜਿਹੜਾ ਇਹ ਤਬਦੀਲ ਲੋਕਾਂ ਦਾ ਕਰਾ ਰਹੇ ਆ ਅਸੀਂ ਕਿਸੇ ਧਰਮ ਦੇ ਖਿਲਾਫ਼ ਨਹੀਂ ਜਿਹੜਾ ਧਰਮ ਹੈ ਆਪੋ ਆਪਣਾ ਪ੍ਰਚਾਰ ਕਰੋ ਕੋਈ ਵੀ ਧਰਮ ਹੈ ਹੱਕ ਦੀ ਸੱਚ ਦੀ ਗੱਲ ਕਰਦਾ ਨੇਕੀ ਦੀ ਗੱਲ ਕਰਦਾ ਲੋਕਾਂ ਨੂੰ ਸੇਧ ਦੇਣ ਦੀ ਗੱਲ ਕਰਦਾ ਨਾ ਕਿ ਇਹੋ ਜਿਹੀਆਂ ਕਹਾਣੀਆਂ ਕੋਈ ਧਰਮ ਘੜਦਾ ਜਾਂ ਕੋਈ ਮਰਿਆ ਹੋਇਆਂ ਨੂੰ ਜਿਉਂਦੇ ਕਰਦਾ ਇਹ ਮੰਨਣ 'ਚ ਹੀ ਨਹੀਂ ਆਉਂਦੀ ਗੱਲ ਇਹ ਕੁਦਰਤ ਦੇ ਪਰਮਾਤਮਾ ਦੇ ਰੱਬ ਦੇ ਨਿਯਮ ਦੇ ਵੀ ਉਲਟ ਹੈ ਅਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬਖਸ਼ਾਂਗੇ ਨਹੀਂ ਜਿਹੜਾ ਵੀ ਬੰਦਾ ਸਾਨੂੰ ਜਾਂ ਕੋਈ ਬੁੜੀ ਇੱਥੇ ਮਿਲ ਗਈ ਰਾਤ ਬਰਾਤੇ ਦੇਣੇ ਕੋਈ ਪਰਚੇ ਬਣ ਦੀ ਮਿਲ ਗਈ ਕੋਈ ਘਰਾਂ 'ਚ ਮੈਂ ਪਤਾ ਲੱਗਿਆ ਕਿ ਘਰਾਂ 'ਚ ਵੀ ਇਹ ਪ੍ਰਚਾਰ ਕਰ ਰਹੇ ਆ ਜਾ ਕੇ ਪਿੰਡੋ ਪਿੰਡੀ ਬਹੁਤ ਘਰਾਂ 'ਚ ਪ੍ਰਚਾਰ ਕਰ ਰਹੇ ਆ ਨਾਲ ਇਹ ਸਕੂਲਾਂ ਦੇ ਵਿੱਚ ਜਿਹੜੇ ਇਹਨਾਂ ਦੇ ਸਕੂਲ ਨੇ ਜਿਹੜੇ ਈਸਾਈਆਂ ਦੇ ਸਕੂਲ ਨੇ ਉੱਥੇ ਵੀ ਤੁਹਾਡੇ ਜਵਾਕ ਪੜ੍ਹਦੇ ਆ ਗੌਰ ਰੱਖਿਓ ਉੱਥੇ ਵੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਜਵਾਕਾਂ ਨੂੰ ਗੁੰਮਰਾਹ ਕਰਕੇ ਜਵਾਕ ਛੋਟਾ ਉਮਰ ਜਿਹੜੀ ਅਵਸਥਾ ਹੁੰਦੀ ਹੈ ਜਵਾਕ ਦੀ ਤਾਂ ਉੱਥੇ ਜਿਹੜਾ ਮਰਜ਼ੀ ਜਵਾਕ ਨੂੰ ਪਾਠ ਪੜ੍ਹਾ ਦਿਓ ਜੋ ਮਰਜ਼ੀ ਸਿਖਾ ਦਿਓ ਬੱਚਾ ਉੱਥੇ ਪੱਕ ਜਾਂਦਾ ਉੱਥੇ ਵੀ ਨਿਗਾਹ ਰੱਖੋ ਗੌਰ ਰੱਖੋ ਇਹ ਬਹੁਤ ਵੱਡੇ ਪੱਧਰ ਤੇ ਹਮਲਾ ਹੋ ਰਿਹਾ ਆਪਣੇ ਪਿੰਡ ਦੇ ਗਾਤਰੇ ਪਏ ਆ ਇੱਥੇ ਇਹ ਵੀ ਪ੍ਰਚਾਰ ਕਰੀ ਜਾਂਦੇ ਆ ਕਿ ਅਸੀਂ ਮੜੀਆਂ ਦੇ ਪ੍ਰਕਾਸ਼ ਕਰਾਂ ਗੌਰ ਸਾਹਿਬ ਉਹ ਵੀ ਗਲਤ ਹੈ ਕਿਸੇ ਮੜੀ ਮਿਸਾਨ ਦੇ ਉੱਤੇ ਗੌਰ ਸਾਹਿਬ ਲੈ ਕੇ ਜਾਣਾ ਠੀਕ ਆ ਅਸੀਂ ਹਰੇਕ ਪਖੰਡ ਦਾ ਇਹ ਨਹੀਂ ਵੀ ਅਸੀਂ ਇਹਨਾਂ ਦੇ ਪਖੰਡ ਦਾ ਇਕੱਲਾ ਵਿਰੋਧ ਕਰਦੇ ਹਾਂ ਆ ਤਾਗੇ ਦਵੀਤਾਂ ਵਾਲੇ ਪੁੱਛਾਂ ਵਾਲੇ ਜਿਹੜੇ ਬਾਬੇ ਸਾਹਿਬ ਤੁਰੇ ਫਿਰਦੇ ਆ ਇਹਨਾਂ ਕੋਲ ਵੀ ਖਾਸ ਖਿਆਲ ਰੱਖਿਆ ਕਰੋ ਕੱਖ ਨਹੀਂ ਕਿ ਤਾਗੇ ਦਵੀਤਾਂ ਵਾਲਿਆਂ ਕੋਲੇ ਕੁੜੀਆਂ ਜ਼ਿਆਦਾ ਭੱਜਦੀਆਂ ਬਿਲਾ ਤਵੀਤ ਲਿਆਵਾਂ ਤਾਗਾ ਕਰਾ ਲਿਆ ਮੈਂ ਮੱਝ ਨਹੀਂ ਮਿਲੀ ਗਾਂ ਨਹੀਂ ਮਿਲੀ ਪਾਣੀ ਕਰਾ ਲਿਆ ਮੈਂ ਜਾਂਦੀ ਹਾਂ ਨਾ ਕੁਛ ਨਹੀਂ ਇਹਨਾਂ ਦੇ ਪੱਲੇ ਇਸ ਕਰਕੇ ਅਸੀਂ ਹਰ ਤਰ੍ਹਾਂ ਦੇ ਪਖੰਡ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਦੁਬਾਰਾ ਫਿਰ ਚੇਤਾਵਨੀ ਜਿਹੜਾ ਬੰਦਾ ਸਾਡੇ ਅਜੇ ਹਥਿਆਰ ਲਾਉਂਦਾ ਪਖੰਡ ਵਾਲੇ ਮਿਲ ਗਿਆ ਕੋਈ ਬਾਬਾ ਜਾਂ ਕੋਈ ਇਹੋ ਜਿਹਾ ਕੋਈ ਮਿਲ ਗਿਆ ਤਾਗੇ ਦਵੀਤ ਵਾਲਾ ਅਸੀਂ ਬਖਸ਼ਣਾ ਨਹੀਂ ਤੇ ਉਹ ਕਰਾਂਗੇ ਸਾਰਾ ਕੁਝ ਭੁੱਲ ਜੂਗਾ ਯਾਦ ਰੱਖਿਓ ਹਾਂ ਅਸੀਂ ਹੁਣ ਸਾਰਾ ਇਸ ਨਗਰ ਇਸ ਕਰਕੇ ਖੜੇ ਇਕੱਠੇ ਹੋਏ ਹਾਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਹਾਨੂੰ ਕਦੇ ਵੀ ਇਹ ਪੋਸਟਰ ਇਸ਼ਤਿਹਾਰ ਲਾਉਂਦੇ ਮਿਲ ਜਾਣਾ ਪਰਚੇ ਵੰਡਦੇ ਮਿਲ ਜਾਣਾ ਇਹੋ ਜਿਹਾ ਕੂੜ ਪ੍ਰਚਾਰ ਕਰਦੇ ਮਿਲ ਜਾਣਾ ਤਾਂ ਫਿਰ ਉਹਦੇ ਛਿੱਲ ਦਿਓ ਫੜ ਕੇ ਇਹਨਾਂ ਨੂੰ ਕਹਿ ਲੈ ਵੀ ਤੁਸੀਂ ਤਾਂ ਮਰਿਆ ਹੋਇਆ ਜਿਉਂਦਾ ਕਰਦੇ ਹੋ ਹੁਣ ਤੁਸੀਂ ਛਿੱਲਦਾ ਹੁਣ ਤੁਸੀਂ ਠੀਕ ਕਰ ਲਓ ਕਰੋ ਕੋਈ ਇਸ ਤਰ੍ਹਾਂ ਦੀ ਮਾਰੋ ਕੋਈ ਸ਼ਕਤੀ ਹਾਂ ਕਰੋ ਜਿੱਥੇ ਤੁਹਾਨੂੰ ਅਸੀਂ ਜਿੱਥੇ ਕੋਈ ਜ਼ਿਆਦਾ ਚਰਚ ਚ ਬੈਠੇ ਕਰੋ ਕਰੀ ਜਾਓ ਪਰ ਅਸੀਂ ਕਹਿੰਦੇ ਹੱਕ ਦੇ ਸੱਚ ਦੀ ਗੱਲ ਕਰੋ ਸੱਚਾਈ ਤੇ ਲੋਕਾਂ ਨੂੰ ਲੈ ਕੇ ਆਓ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ